ਸਤਿਗੁਰ ਜੀ ਸਾਰੇ ਜਾਨਿਆਂ ਨੂੰ ਇੱਕ ਵਾਰੀ ਫਿਰ ਤੋਂ ਲਾਈਵ ਹੋ ਗਿਆ ਲਾਈਵ ਹੋਣ ਪਿੱਛੇ ਅੱਜ ਕਾਰਨ ਇਹ ਆ ਕਿ ਦੋ ਤਿੰਨ ਚੀਜ਼ਾਂ ਕਹਿਣੀਆਂ ਚਾਹੁੰਦੇ ਸੀ ਲਾਈਵ ਦੇ ਵਿੱਚ ਤੇ ਮੈਨੂੰ ਸੀ ਇੱਕ ਪੋਸਟ ਪਾਉਂਗਾ ਤੇ ਜਿਆਦਾ ਜਿੰਨਾ ਲਿਖਣੀ ਆ ਪੈਣੀ ਆ ਉਦੋਂ ਚੰਗਾ ਆਪਾਂ ਲਾਈਵ ਹੋ ਗਏ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਪਰਸਨਲੀ ਥੈਂਕ ਯੂ ਕਰਦੀ ਐ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਜੀ ਸਾਡੇ ਗਾਣੇ ਆਪਣੇ ਗਾਣੇ ਤਿੰਨ ਪੈਗ ਨੂੰ ਤੁਸੀਂ ਇੰਨਾ ਕਿ ਜ਼ਿਆਦਾ ਪਿਆਰ ਦਿੱਤਾ ਕਿ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਨੂੰ ਮੈਂ ਦਾਅਵੇ ਤਹਿ ਦਿਲੋਂ ਸ਼ੁਕਰ ਆਪਣਾ ਸ਼ੁਕਰੀਆ ਅੱਛਾ ਬਾਈ ਬੈਠਾ ਉਹ ਕਿਦਾਂ ਚੈਲ ਕੀ ਹਾਲ ਹੈ ਚੈਲ ਆਪਣਾ ਲਾਈਵ ਹੋ ਗਿਆ ਜੀ ਅ ਤਹਿ ਦਿਲੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਓਨੈਸਟਲੀ ਸਵੇ ਟੂ ਗੋਡ ਇੰਨਾ ਕੁ ਵਧੀਆ ਰਿਸਪੌਂਸ ਆਇਆ ਡੇਡ ਮਿਲੀਅਨ YouTube ਵੀਊ ਇੱਕ ਦਿਨ ਦੇ ਵਿੱਚ ਡੇਡ ਮਿਲੀਅਨ YouTube ਵੀਊ ਇੱਕ ਦਿਨ ਦੇ ਵਿੱਚ ਇਹ ਰਿਕਾਰਡ ਬ੍ਰੇਕਿੰਗ ਆ ਹੁਣੇ ਸਾਡੇ ਆਪਣੇ ਗੋਲਡ ਮੀਡੀਆ ਵਾਲਾ ਆਪਣੇ ਕੇਵੀ ਬਾਈ ਦਾ ਮੈਨੂੰ ਮੈਸੇਜ ਆਇਆ ਸੀ ਇਸ ਤੋਂ ਪਹਿਲਾਂ ਮੇਰੇ ਭਰਾ ਮਨਕੀਰਤ ਦਾ ਗਾਣਾ ਜਦੋਂ ਕਦਰ ਆਇਆ ਸੀ ਉਦੋਂ 1 ਘੰਟੇ 'ਚ 27000 17000 ਵਿਊ ਦਾ ਰਿਕਾਰਡ ਸੀ ਤੇ ਆਹ ਗਾਣੇ ਦਾ 1 ਘੰਟੇ 'ਚ 27000 ਵਿਊ ਸੀਗੇ ਤੇ 1 ਘੰਟੇ 'ਚ 27000 ਗੋਲਦੀ ਵੀਰ ਪਹਿਲਾਂ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਟੋਪੀ ਪਾਈ ਨੇਪਾਲੀ ਅਸੀਂ ਚੱਲਦਾ ਅੱਛਾ ਤੇ ਸਭ ਤੋਂ ਪਹਿਲਾਂ ਤਾਂ ਸੀਗਾ ਆਪਣੇ ਕਦਰ ਦਾ ਹੀ ਬੜਾ ਕਮਾਲ ਦਾ ਰਿਸਪੌਂਸ ਸੀ ਆਪਣੇ ਮਨਕੀਰਤ ਵਾਲੇ ਗਾਣੇ ਦਾ ਤੇ ਇੱਕ ਦਿਨ ਚ 1.5 ਮਿਲੀਅਨ ਵਿਊ ਵਾਸ ਵਾਸ ਏ ਅਮੇਜ਼ਿੰਗ ਰਿਸਪੌਂਸ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਬਹੁਤ 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 ਧੰਨਵਾਦ ਜੀ ਤੇ ਦੂਜੀ ਗੱਲ ਜੀ ਜਿਹੜਾ ਗਾਣਾ ਸ਼ਿਕਵਾ ਮਣੀ ਟਿਲੋਂ ਦਾ ਆਪਣੇ ਭਰਾ ਦਾ ਮਣੀ ਦਾ ਗਾਣਾ ਵੀ 1.2 ਮਿਲੀਅਨ YouTube ਵਿਊ 2 ਦਿਨਾਂ ਦੇ ਵਿੱਚ ਬ੍ਰੈਂਡ ਨਿਊ ਕੰਪਨੀ ਦੇ ਲੇਬਲ ਤੋਂ ਗਾਣਾ ਪਿਆ ਸੀ ਜੀ ਕੋਈ ਸਬਸਕ੍ਰਾਈਬਰ بیس ਨਹੀਂ ਸੀਗਾ ਬ੍ਰੈਂਡ ਨਿਊ ਗਾਣਾ ਸੀਗਾ ਨਵੀਂ ਕੰਪਨੀ ਸੀਗੀ ਤੁਸੀਂ ਉਹ ਗਾਣੇ ਨੂੰ ਵੀ 2 ਦਿਨਾਂ ਚ ਮਿਲੀਅਨ ਵਿਊ ਕਰਤਾ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਇਹ ਚੀਜ਼ ਸ਼ੋ ਕਰਦੀ ਹੈ ਕਿ ਸਪੋਰਟਰਸ ਦੀ ਫੈਨਸ ਦੀ ਅਸਲੀ ਪਾਵਰ ਕੀ ਹੁੰਦੀ ਆ ਹੂੰ ਕੋਈ ਨਵੀਂ ਪਰ ਵੱਡੀ ਕੰਪਨੀ ਛੋਟੀ ਕੰਪਨੀ ਨਵੀਂ ਕੰਪਨੀ ਪੁਰਾਣੀ ਕੰਪਨੀ ਮੈਟਰ ਨਹੀਂ ਕਰਦਾ ਹੈਗਾ ਤੁਹਾਡੇ ਸਪੋਰਟਰਸ ਦੇ ਕਮਾਲ ਦੇ ਹੁੰਦੇ ਨੇ ਕਿ ਦੋ ਦਿਨਾਂ ਚ ਮਿਲੀਅਨ ਠੋਕ ਦਿੰਦੇ ਨੇ ਵਿਊ ਲਵ ਯੂ ਜਿਉਂਦੇ ਵਾਸਤੇ ਰਹੋ ਜਿੰਨੇ ਵੀ ਬੰਦੇ ਇਸ ਪ੍ਰੋਜੈਕਟ ਨਾਲ ਜੁੜੇ ਸੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗਰੇ ਕਮਨ ਵੀਰੇ ਦਾ ਗਾਣਾ ਬਿਗ ਬਾਸ ਦੀ ਬਿਗ ਬਾਸ ਦੇ ਵੀ ਮਿਲੀਅਨ ਵਿਊ ਹੋ ਗਏ ਸੋ ਗਰੇ ਘਪਰਾ ਨੂੰ ਸਾਡੇ ਨੂੰ ਬਹੁਤ ਵਧਾਈਆਂ ਗਾਣੇ ਇੰਨੇ ਤਿੰਨ ਚਾਰ ਇਕੱਠੇ ਰਿਲੀਜ਼ ਹੋ ਗਏ ਤੇ ਜਿਹਦੇ ਕਰਕੇ ਹਿਆਣੀ ਨਹੀਂ ਲੱਗਦਾ ਉੱਤੋਂ ਸੀ ਫਿਰਦੇ ਇੱਥੇ ਆ ਬਾਈ ਤੁਸੀਂ ਆਪਣੀ ਫੋਟੋ ਪਾ ਦਿਓ ਉਹਦੇ ਵੀ ਵੀਊ ਕਰ ਦਈਏ ਹਾਏ ਰੱਬਾ ਜਿਉਂਦਾਰਾ ਮੇਰਾ ਭਰਾ ਜਿਉਂਦਾਰਾ ਬਾਈ ਕਹਿੰਦਾ ਤੂੰ ਆਪਦੀ ਫੋਟੋ ਪਾ ਦੇ ਮਾਨ ਬਾਈ ਕਹਿੰਦਾ ਕਿ ਅਸੀਂ ਉਹਦੇ ਵੀ ਵੀਊ ਕਰ ਦਾਂਗੇ ਕੀ ਬਾਤ ਹੈ ਕੀ ਬਾਤ ਹੈ ਜਿੰਨੇ ਜਿੰਨੇ ਸੱਜਣ ਆਨਲਾਈਨ ਨੇ ਵਿਕੀ ਸ਼ਰਮਾ ਬਾਈ ਢਿੱਲੋਂ ਅਮਨ ਵੀਰਾ ਅਭਿਸ਼ੇਕ ਬਾਈ ਦੀਪੇ ਨਵੀਰਾ ਤੇ ਆਪਣਾ ਮਾਨ ਬਾਈ ਹੈਰੀ ਸਿੰਘ ਵੀਰਾ ਤੇ ਜੱਸੀ ਚੈਲ ਆਪਣਾ ਫਿਰ ਤੋਂ ਤੇ ਰਾਜਦੀਪ ਸਿੰਘ ਬਾਈ ਲਵਾਨਿਆ ਬੰਗਲ ਬੰਗਲ ਦਵਿੰਦਰ ਬਾਈ ਤਰुणਾ अरोड़ा ਜੀ ਜਸੀ ਨੇ ਇੱਕ ਹੋਰ ਮੈਸੇਜ ਠੋਕਤਾ ਐਸ਼ ਸ਼ਰਮਾ ਜੀ ਵੀਰਾ ਤੇ ਰਾਜ ਦਵਿੰਦਰ ਸਿੰਘ ਬਾਈ ਨੀ ਨੀ ਵੀ ਸਜਣ ਮਤਰ ਨੇ ਸਾਰੇ ਜਾਣੇ ਲਵ ਯੂ ਜਿਉਂਦੇ ਬਸ ਜੀ ਅਮਨ ਅਮਨ ਉਹ ਇਹ ਅੰਦਰ ਖੈਰਾ ਖੈਰਾ ਮੇਰਾ ਪ੍ਰਾ ਕਿਵੇਂ ਆ ਖੈਰੇ ਤੇ ਛੋਟੇ ਦਾ ਕੀ ਹਾਲ ਨਾਲੇ ਦੇਸੀ குரு ਦੇ ਦੇਸੀ குரு ਜੁਆਇੰਡ ਦਵਾਈ ਇੱਥੇ ਬੈਠਾ ਹੋਣ ਤੇ ਅੱਛਾ ਹੋਰ ਤੁਹਾਨੂੰ ਸਾਰਿਆਂ ਨੂੰ ਬਸ ਥੈਂਕ ਯੂ ਕਹਿਣਾ ਸੀ ਜੀ ਤੇ ਸ਼ੈਰੀ ਵੀਰ ਦਾ ਤਿੰਨ ਪੈਕ ਗਾਣੇ ਦਾ ਸਾਰਿਆਂ ਨੇ ਉਡੀਕ ਸੀ ਕੀ ਸੀਗੀ ਤੇ ਮੈਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਤੁਹਾਡੀਆਂ ਅਸੀਂ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕੀਤੀ ਜੀ ਤੇ ਸਿਮਰਨ ਬਾਈ ਕੰ ਦਾ ਚੱਕੀ ਰੱਖੋ ਕੰਮ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੋਗੇ ਕੀ ਬਾਤ ਹੈ ਕੀ ਬਾਤ ਹੈ ਜਿਉਂਦੇ ਬਸਦਰ ਹੋ ਜੀ ਤੇ ਹੋਰ ਵੀ ਨਵੇਂ ਗਾਣੇ ਆ ਨੇ ਰੋਸ਼ਨ ਪ੍ਰਿੰਸ ਵੀਰੇ ਦਾ ਗਾਣਾ ਜੀ ਮੁੱਲ ਪੁੱਤ ਦਾ ਉਹ ਵੀ ਦੇਸੀ ਕ੍ਰੂ ਤੇ ਮੇਰਾ ਪ੍ਰਾਕਾਬਲ ਸਰੂਪ ਦਾ ਤੇ ਹਰਸ਼ਮਨ ਵੀਰੇ ਦਾ ਗਾਣਾ ਜੀ ਆਪਣਾ ਦਾਰੂ ਦੀ ਸੌ ਤੇ ਹੋਰ ਤੇਰੀ ਕਮਲੀ 골ਡੀ ਵੀਰੇ ਦਾ ਗਾਣਾ ਤੁਸੀਂ ਇੱਕ ਵਾਰੀ ਮੈਂ ਲਾਈਵ ਹੋਇਆ ਸੀ ਥੋੜੀ ਦੇਰ ਪਹਿਲਾਂ ਉਦੋਂ ਸੁਣਿਆ ਸੀਗਾ ਤੇ ਉਹਦੀ ਵੀਡੀਓ ਹੋ ਗਈ ਤੇਰੇ ਇੰਸਟਾ ਤੇ ਉਹ ਫੇਰ ਸੁਣਾ ਦੇ ਕੋਈ ਕੀ ਬਾਤਾਂ ਨੇ ਬਹੁਤ ਮੈਸੇਜ ਆ ਰਹੇ ਨੇ ਠੀਕ ਆ ਤੇਰੇ ਇੰਸਟਾ ਉੱਤੇ ਠੀਕ ਆ ਆਇਆ ਤੁਹਾਨੂੰ 골ਡੀ ਵੀਰੇ ਵਾਲਾ ਗਾਣਾ ਸੁਣਾਉਣਿਆ ਵੀਰੇ ਆਜੋ ਕਲਾਕਾਰ ਵਾਲੀ ਗੱਲ ਵੀ ਆ ਖੜਜੋ ਪਹਿਲਾਂ ਤਾਂ ਟੋਪੀ ਸੈੱਟ ਕਰਾ ਆ ਲਈ ਉਹ ਨਹੀਂ ਹੁੰਦੇ ਯਾਰ ਬੋਮਬਾਰਲੇ ਵਾਲੇ ਉਵੇਂ ਤੇ ਲਾ ਦਿੰਦੇ ਹਨਾ ਘੈਂਟ ਗੱਲ ਕਹਿ ਗਿਆ ਅਸੀਂ ਬੋਮਬਾਰਲੇ ਬੰਦਾ ਆਪਣੇ ਹੀ ਦਮ ਤੇ ਸਟਾਰ ਨਿਕਲੇ ਬਾਈ ਸੁਣਾਓ ਫਿਰ ਗਾਣਾ ਹੂੰ ਤੇਰੇ ਇਸਟਾ ਉੱਤੇ ਠਿਕਰੀ ਪੈਰਾ ਰੱਖਦੀ ਹਾਂ ਕਿ ਸੇ ਸ਼ੱਕੀ ਵਾਈਫ ਦੇ ਵਾਂਗੂ ਟੈਨਸ਼ਨ ਚੱਕਦੀ ਹਾਂ ਤੇਰੇ ਮਸਟੈਚਸ ਤੇ ਮਰਦੀਆਂ ਜੋ ਮੈਥੋਂ ਮਰਨ ਗਈਆਂ ਬਸ ਅੱਡੇ ਤੇ ਕੇਰ ਕੇ ਰਸਰ ਚੜਦੀ ਹਾਂ ਅਗੇ ਦਸਾ ਦਿਲਦਾਰ ਹਾਂ ਸੁਣਾਉਣਾ ਤੇਰੀ ਕਮਲੀ ਨੇ ਅੜ ਆਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ ਕਿਆ ਬਾਤ ਹੈ ਕਿਆ ਬਾਤ ਬੜਾ ਕੈਂਟ ਗਾਣਾ ਬਾਈ ਦਾ ਇਦੋਂ ਅਗਲਾ ਵੀ ਗਾਣਾ ਸੀ ਰੈਡੀ ਕੀਤਾ ਉਹ ਵੀ ਬੜਾ ਸੋਹਣਾ ਜਿਹੜਾ ਉਦੋਂ ਵਾਲਾ ਪਰ ਉਹ ਸੁਣਾਇਓ ਨਾ ਬਾਠ ਵਾਲਾ ਬਾਠ ਦਾ ਲਿਖਿਆ ਗਾਣਾ ਬਾਠ ਵਾਲਾ ਬਾਠ ਨਰਿੰਦਰ ਬਾੜ ਬਾੜ ਬਾਈ ਮੇਰੇ ਤਾਂ ਨਰਾਜ ਹੈ ਕਿਉਂਕਿ ਮੈਂ ਬਾਈ ਦੇ ਵਿਆਹ ਤੇ ਫੈਮਲੀ ਦੇ ਵਿਆਹ ਸੀਗਾ ਉੱਥੇ ਮੈਂ ਨਹੀਂ ਪਹੁੰਚ ਸਕਿਆ ਸਮਾਂ ਲਾਈ ਹੋ ਕੇ ਮੈਂ ਮੰਗਣਾ ਬਾਈ ਤੋਂ ਫਿਰ ਸ਼ਾਇਦ ਹਾਂ 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 ਇਹ ਨਰਿੰਦਰ ਬਾੜ ਵੀਰੇ ਫੋਨ ਫੜੋ ਫਿਰ ਹੱਥ ਜੋੜਨੇ ਨੇ ਹਾਂ ਮੈਂ ਫੜਦਾ ਬਾੜ ਬਾਈ ਦੋਨੋਂ ਅੱਜ ਜੋੜ ਕੇ ਸੌਰੀ ਆ ਵੀਰੇ ਮੈਂ ਵਿਆਹ ਤੇ ਨਹੀਂ ਪਹੁੰਚ ਸਕਿਆ ਵੀਰੇ ਮੇਰਾ ਸ਼ੂਟ ਸੀ ਉਦੋਂ ਬਾਅਦ ਮੈਂ ਇੱਥੇ ਆਣਾ ਸੀ ਤੇ ਇੰਨੀ ਧੁੰਦ ਸੀ ਸੌ ਲੱਗੇ ਹਾਂ ਮੈਂ ਵੀ ਗੱਲ ਲੱਗ ਰਹਾ ਮੈਂ ਤਾਂ ਧੁੰਦ ਧੁੰਦ ਕਰ ਗਿਆ ਧੁੰਦੋ ਇੰਨੀ ਜ਼ਿਆਦਾ ਸੀ ਪਰ ਤੋਂ ਮੈਂ ਸਵੇਰੇ ਗੱਡੀ ਗੱਡੀ ਮੇਰੇ ਤੋਂ ਨਿਕਲ ਨਹੀਂ ਹੋਇਆ ਉਦੋਂ ਬਾਅਦ ਮੈਂ ਸੋਚਿਆ ਤੁਸੀਂ ਵਿਆਹ ਤੇ ਬਿਜ਼ੀ ਹੋਵੋਗੇ ਮੈਂ ਬਾਅਦ ਚ ਕਰੂੰਗਾ ਫਿਰ ਉਦੋਂ ਬਾਅਦ ਫਿਰ ਮੇਰੇ ਡਰਦੇ ਮੈਂ ਹੋਣ ਨਹੀਂ ਕੀਤਾ ਭਾਈ ਨੂੰ ਸੌਰੀ ਵੀਰੇ ਤੇ ਸੌਰੀ ਮੇਰੇ ਕੋਈ ਨਾਮ ਹੈ ਨਾ ਇਸ ਚੀਜ਼ ਨੂੰ ਉਹ ਕਰਿਓ ਤੇ ਚਲੋ ਪਬਲੀਕਲੀ ਮਾਫੀ ਕੱਲ ਇਹਨਾਂ ਨੇ ਪਤਾ ਵੀਡੀਓ ਪੜੀ ਪਰਮੇਸ਼ਰ ਮਾ ਨੇ ਮੋਗੀ ਨਿਰੰਦਰ ਬਾੜ ਤੋਂ ਮਾਫੀ ਆਇਆ ਮੇਰੀ ਗੱਲ ਸੁਣੋ ਜਿੰਨੇ ਵੀ ਯਾਰ ਆਪਣੇ ਬੰਦੇ ਆਨਲਾਈਨ ਬੈਠੇ ਨੇ ਸਾਰੇ ਜਣੇ ਗਾਣਾ ਬੁਜੇ ਥੈਂਕ ਯੂ ਵੀਰੇ ਥੈਂਕ ਯੂ ਹੈਨਾ ਤੇ ਉਹ ਪੈਸੇ ਵਾਲਾ ਸੀਨ ਬਹੁਤ ਵਧੀਆ ਲੱਗਿਆ ਲੋਕਾਂ ਨੂੰ ਹੈਨਾ ਨੋਟ ਚੱਕਣ ਵਾਲਾ ਤੇ ਇੱਕ ਜਿਹੜਾ ਡਰਿੰਕ ਡਰਾਈਵਿੰਗ ਵਾਲੀ ਚੀਜ਼ ਅਸੀਂ ਰੱਖੀ ਸੀ ਉਹ ਪੁਲਿਸ ਹਨਾ ਉਹ ਕੰਮ ਨਹੀਂ ਕਰਨਾ ਹੈਗਾ ਮੁੰਡਿਓ ਇੱਕ ਬੰਦਾ ਸੋਫੀ ਰੱਖਿਆ ਕਰੋ ਜਿਹੜਾ ਗੱਡੀ ਚਲਾਉਂਦਾ ਤੇ ਤੇਰੀ ਕਬਲੀ ਗਾਣਾ ਪੂਰਾ ਘੈਂਟ ਆਪਣੇ ਬਾਠਬਾਈ ਦਾ ਲਿਖਿਆ ਅਗਲਾ ਗਾਣਾ ਵੀ ਬਾਠ ਵੀਰੇ ਦਾ ਲਿਖਿਆ ਹੋਇਆ ਜਿੰਮੀ ਕੋਟ ਕਪੂਰਾ ਦਾ ਬੜਾ ਘੈਂਟ ਗਾਣਾ ਅਗਲਾ ਰੈਡੀ ਹੋ ਗਿਆ ਇਹਦੇ ਵੀ 2 ਮਿਲੀਅਨ YouTube ਹੋ ਗਏ ਐਂਡ ਮਾੜੇ ਦੇ ਸੋ ਥੈਂਕ ਯੂ ਉਹ ਜਿੰਮੀ ਕੋਟ ਕਪੂਰਾ ਗਾਣੇ ਤੁੰਦਰ ਹੂਗਾ ਮੱਚਦੇ ਨੇ ਜਿਹੜੇ ਹੁਣ ਰਹਿਣ ਮੱਚਦੇ ਉਹ ਮੈਂ ਤੈਨੂੰ ਗੱਲ ਦੱਸਾਂ ਯਾਰ ਆਪਣਾ ਗੋਲਡੀ ਬਾਈ ਕਹਿੰਦਾ ਤੂੰ ਗਾਣਾ ਕਰ ਦੇ ਬਾਈ ਮੈਨੂੰ ਪੂਰਾ ਕਰੀ ਫਿਰਦਾ ਤੇ ਮੈਂ ਕਰਦਾ ਹੁਣ ਮੈਂ ਨਾ ਪਤਾ ਕੀ ਕਰਨ ਲੱਗਾ ਆਪਾਂ ਜਿਹੜੀ ਅੱਜ ਗੱਲ ਸੋਚੀ ਸੀ ਆਪਾਂ ਦਾ ਗਾਣੇ ਦਾ ਇੱਕ ਨਿੱਕਾ ਜਿਹਾ ਕਲਿੱਪ ਬਣਾਉਨੇ ਆ ਮਤਲਬ 1/2 ਮਿੰਟ ਦਾ ਉਹ ਫੇਸਬੁੱਕ ਤੇ ਬਾਅਦਨੇ ਆ YouTube ਤੇ ਨਹੀਂ ਪਾਉਂਦੇ ਫੇਸਬੁੱਕ ਤੇ ਬਾਈ ਉਹਦੇ ਥੱਲੇ ਕਮੈਂਟ ਕਰ ਦਿਓ ਨਹੀਂ ਪਸੰਦ ਆ ਗਾਲ ਕੱਢ ਦਿਓ ਕੋਈ ਗੱਲ ਨਹੀਂ ਇਹ ਨਹੀਂ ਹਾਂ ਇਹ ਸਾਰਾ ਨੇ ਸਾਰੇ ਸੱਚ ਝੂਠ ਕਰਦੇ ਮੈਂ ਕਹਿੰਦਾ ਮੈਂ ਬਹੁਤ ਤੁਸੀਂ ਸਾਰੇ ਮੈਂ ਚੱਕ ਮੈਂ ਆ ਗਿਆ ਹਨਾ ਉਹਨੂੰ ਰਿਲੀਜ਼ ਕਰਨ ਦੀ ਬਾਈ ਉਹ ਚੱਲ ਰਹੀ ਹੈ ਪਲਾਨ ਹੀ ਹਨਾ ਕਿ ਤੁਸੀਂ ਬਾਲਾ ਦੇਖਿਓ ਵੀ ਹਨਾ ਵਧੀਆ ਤਰੀਕੇ ਨਾਲ ਦੇਖ ਲਓ ਵੀ ਸੱਚ ਜਾਂ ਝੂਠ ਹਾਂ ਜਾਂ ਨਾਲ ਦੇ ਵਿੱਚ ਸਾਨੂੰ ਦੇ ਦਿਓ ਜਵਾਬ ਸਾਨੂੰ ਦੱਸ ਦਿਓ ਕੀ ਕਰਨਾ ਹੈ ਕੀ ਨਹੀਂ ਕਰਨਾ ਅਸੀਂ ਪਰ ਗਰਮ ਬੈਠ ਮੈਂ ਬਾਲਾ ਗਰਮ ਬੈਠਾ ਮੈਂ ਤਾਂ ਬੜਬੜ ਕਰਦਾ ਬਾਈ ਦਾ ਬਾਲਾ ਉਹ ਹੈ ਬਾਈ ਦਾ ਮਨ ਜ਼ਿਆਦਾ ਹੈ ਤੇ ਮੈਂ ਥੋੜਾ ਝਿਜਕਦਾ ਕਿਉਂਕਿ ਮੈਨੂੰ ਗੋਣਾ ਨਹੀਂ ਉਹਦਾ ਪਰ ਮੈਂ ਹਾਂ ਯਾਰ ਗਾਇਕੀ ਥੋੜਾ ਨਾ ਵੀ ਹੁਣ ਦੇਖੋ ਜੇ ਗਾਇਕੀ ਵਾਲੀ ਗੱਲ ਤੇ ਆਈਏ ਤਾਂ ਉਹ ਤਰੀਕੇ ਨਾਲ ਲਾ ਦੇਣ ਨੂੰ ਤੇਰੀ ਆਡੀਅנס ਨਾਲ ਤਾਂ ਤੁਹਾਨੂੰ ਅਸੀਂ ਲੈ ਰਹੇ ਆਂ ਤੇ ਗਾਇਕਿਆਂ ਨੂੰ ਕਹਿੰਦੇ ਲੈ ਹੀ ਨਹੀਂ ਰਹੇ ਮੈਨੂੰ ਚਲੋ ਆਪਾਂ ਇੱਕ ਕਲਿੱਪ ਇੱਕ ਅਸੀਂ ਕਲਿੱਪ ਬਣਾ ਕੇ ਬਹੁਤ ਛੇਤੀ ਸੱਤੇ ਨੂੰ ਕਹਿੰਨੇ ਆ ਕਿ ਤੂੰ ਮਿਕਸ ਮਾਸਟਰ ਕਰਕੇ ਨਾ ਉਹਦੀ ਵੋਕਲ ਵੋਕਲ ਸੈੱਟ ਕਰਕੇ ਹਾਲੇ ਚੱਕ ਮੈਂ ਆ ਗਿਆ ਤੁਸੀਂ ਪਾ ਦਿਓ ਤੇ ਫਿਰ ਆਪਾਂ ਦੇਖਾਂਗੇ ਗਾਲਾਂ ਕਿੰਨੀਆਂ ਪੈਂਦੀਆਂ ਨੇ ਜੇ ਗਾਲਾਂ ਨਾ ਪਈਆਂ ਜੇ ਉਹਨਾਂ ਨੇ ਕਿਹਾ ਤਾਂ ਚੱਕ ਦੋ ਕੰਮ ਫਿਰ ਕਰ ਦਾਂਗੇ ਮジョਰਿਟੀ ਕਾਊਂਟ ਹੈ ਜਿਹੜੇ ਪਾਸੇ ਹੋਊਗੀ ਹੈ ਨਾ ਫਿਰ ਅਸੀਂ ਹਾਂ ਜਿਹਦੇ ਹਿਸਾਬ ਨੂੰ ਮジョਰਿਟੀ ਹੋਊਗੀ ਮੈਜੋਰਿਟੀ ਨਹੀਂ ਮジョਰਿਟੀ ਤੇ ਉਹ ਵਾਲੇ ਬਾਈ ਦਾ ਕਹਿ ਦੀ ਇੱਕ ਰੀ ਛੱਡੋ ਤੇ ਆਪਣੇ ਹੋਰ ਕੀ ਕਹਣਾ ਹੈ ਤੁਹਾਨੂੰ ਮੈਂ ਬਾਕੀ ਯਾਰ ਲਵ ਯੂ ਜਿਉਂਦੇ ਵਾਸਤੇ ਰੋ ਜਿੰਨੇ ਮੇਰੇ ਸੱਜਣ ਮਿੱਤਰ ਨੇ ਥੈਂਕ ਯੂ ਸੋ ਮੱਚ ਤਿੰਨ ਪੈਗ ਨੂੰ ਇੰਨਾ ਕਮਾਲ ਦਾ ਰਿਸਪੌਂਸ ਦੇਣ ਲਈ ਸ਼ਿਕਵਾ ਨੂੰ ਇੰਨਾ ਕਮਾਲ ਦਾ ਰਿਸਪੌਂਸ ਦੇਣ ਲਈ ਬਿੱਗ ਬੌਸ ਨੂੰ ਇੰਨਾ ਪਿਆਰ ਦੇਣ ਲਈ ਥੈਂਕ ਯੂ ਸੋ ਮੱਚ ਸੱਚੀ ਤੁਹਾਡਾ ਦਿਲੋਂ ਧੰਨਵਾਦ ਦਿਆਂ ਜੀ ਤੇ ਸ਼ੈਰੀ ਵੀਰੇ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪ੍ਰੋਜੈਕਟ ਨਾਲ ਜੁੜੇ ਸਾਰੇ ਵੀਰਾਂ ਨੂੰ ਤੇ ਆਪਣੇ ਕੇਵੀ ਨੂੰ ਸਾਰਿਆਂ ਨੂੰ ਜਿੰਨੇ ਵੀ ਨੇ ਆਪਣੇ ਰਵੀ ਰਾਜ ਬਾਈ ਜਿੰਨੇ ਜਾਣੇ ਸੀਗੇ ਬੈਸਟ ਆਫ ਲੱਕ ਤੇ ਟੀ ਸੀਰੀਜ਼ ਵਾਲਿਆਂ ਨੂੰ ਐਵੇਂ ਪਿਆਰ ਨਾਲ ਰਹੋ ਜਿਉਂਦੇ ਵਸਦੇ ਰਹੋ ਕਰਨ ਚੌਧਰੀ ਤੇ ਗੋਲਦੀ ਵੀਰੇ ਵੱਲੋਂ ਇੱਧਰ ਆ ਜਾਓ ਏ ਏ ਟੋਪੀ ਸੈੱਟ ਜਾਣ ਕੇ ਉੱਤੇ ਲੈ ਜਾਣ ਕੇ ਉੱਤੇ ਲੈਣ ਹੁਣ ਹੁਣ ਦੂਸਰੀ ਉਹਦੀ ਵਾਲੀ ਬੜੀ ਸੀਗੀ ਟੋਪੀ ਓਕੇ ਸਸਤੀ ਗਾਲੀ ਸਾਰਿਆਂ ਨੂੰ ਹਾਂ ਦਾ ਇਰਾਦਾ ਤੁਹਾਡਾ ਸਨਮ ਨਾ 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 ਤੇਰੀ ਕੰਬਲੀ ਹਨਾ ਗਾਣਾ ਤੁਹਾਨੂੰ ਜਿਹਨੂੰ ਜਿਹਨੂੰ ਅੱਛਾ ਲੱਗਿਆ ਸੀਰੀਅਸਲੀ ਓਕੇ ਕਹਿ ਦੋ ਇਹ ਗੱਲ ਜਿਹਨੂੰ ਅੱਛਾ ਲੱਗਿਆ ਵਾਲੇ ਤਾਂ ਆਉਣਾ ਮਤਲਬ ਜਿਹੜਾ ਕਲਿੱਪ ਛੋਟਾ ਜਿਹਾ ਹਲਕਾ ਹਲਕਾ ਤੇ ਕਲਿੱਪ ਸੁਣਾਇਆ ਹਲਕਾ ਜਿਹਾ ਹਲਕਾ ਜਿਹਾ ਕਲਿੱਪ ਜਿਹੜਾ ਹਲਕਾ ਜਿਹਾ ਕਲਿੱਪ ਤੁਹਾਨੂੰ ਸੁਣਾਇਆ ਨਾ ਉਹਦੇ ਬਾਰੇ ਤੁਸੀਂ ਦੱਸਿਓ ਵੈਸੇ ਕਰਕੇ ਜਿਹਦਾ ਅੱਛਾ ਲੱਗਿਆ ਹਨਾ ਅੱਛਾ ਹਣੋ ਦੇਖੋ ਸਾਰਾ ਕੁ ਬਣਿਆ ਪਿਆ ਹੁਣ ਤਾਂ ਬਣਾਈਆ ਵੀ ਹੁਣ ਤਾਂ ਬਣਾਈਆ ਹੁਣ ਤਾਂ ਮਿਹਨਤੀ ਐ ਭਾਈ ਅੱਛਾ ਹੀ ਮੰਨੇ ਉਹਨੂੰ 골ਡੀ ਬਾਈ ਦਾ ਰੋਪ ਪੈਂਦਾ ਪੂਰਾ ਦੱਸੀ ਨਾ ਮੇਰੇ ਬਾਰੇ ਤੇ ਜੇਠਾ ਪੁੱਤ ਥੈਂਕ ਯੂ ਭਾਈ ਅਵਿਨੋ ਭਾਈ ਥੈਂਕ ਯੂ ਥੈਂਕ ਯੂ ਸੋ ਮਚਾ ਭਾਈ ਨਾ ਬੋਲਦਾ ਬੋਲਦਾ ਕਹਿੰਦਾ ਉਹ 골ਡੀ ਹਾਂ ਉਹ ਪਤਾ ਗੱਲ ਕੀ ਸੀ ਐ ਨਹੀਂ ਸੀਗਾ ਵੀ 골ਡੀ ਨਾ ਇੱਕ ਇੱਕ ਸਿਰਾ ਭਾਈ 골ਡੀ ਹਨਾ ਕਹਿੰਦਾ ਯੋ ਭਾਈ ਇੱਕ ਬਾਈ ਨੇ ਲਿਖਿਆ ਕਹਿੰਦਾ ਯੋਯੋ ਨਛੱਤਰ ਜੀਰਾ ਵਾਈ ਯਾਰ ਯੋਯੋ ਨਛੱਤਰ ਜੀਰਾ ਦਾ ਵੀ ਯਾਰ ਮਤਲਬ ਐਂਡ ਐ ਯਾਰ ਉਹ ਬੰਦਾ ਇੰਨਾ ਕੁ ਮਤਲਬ ਪਤਾ ਹੀ ਕੀ ਗੱਲ ਹੁੰਦੀ ਐ ਜਿਹੜਾ ਬੰਦਾ ਤੁਹਾਡੇ ਮੂੰਹ ਤੇ ਇੱਕ ਹਾਸਾ ਲਿਆਵੇ ਉਹ ਸਭ ਤੋਂ ਵੱਡੀ ਤੁਹਾਡੇ ਕੋਲੇ ਉਹ ਚੀਜ਼ ਹੈ ਤੇ ਜਿਹੜਾ ਬੰਦਾ ਸਮਾਈਲ ਕਰਕੇ ਕਹਿੰਦਾ ਨਾ ਯਾਰ ਆ ਦੇਖੋ ਪੱਗ ਸਲੋ ਮੋਸ਼ਨ ਸਲੋ ਮੋਸ਼ਨ ਯਾਰ ਉਹ ਬੰਦਾ ਦਿਲ ਦਾ ਸਾਫ਼ ਬੰਦਾ ਨਸ਼ੱਤਰ ਜੀਰਾ ਯਾਰ ਤੂੰ ਘੈਂਟ ਬੰਦਾ ਹੋ ਤੇਰੇ ਕਰਕੇ ਤੇਰੇ ਕਰਕੇ ਪੀਸੀ ਆ ਦੇ ਸ਼ੂਟਰ ਬਜਾਉਣਾ ਕਹਿੰਦੇ ਨਹੀਂ ਤੇਰੇ ਕਰਕੇ ਸੁਨ ਨਸ਼ੱਤਰ ਵੀਰੇ ਨਸ਼ੱਤਰਪਰਾ ਤੈਨੂੰ ਵੀ ਬੈਸਟ ਲੱਗਦਾ ਤੇ ਆਪਣਾ ਹੋਰ ਕਹਿੰਦੇ ਇਫ ਯੂ ਆਰ ਗਾਇਜ਼ ਇਨ ਲੰਡਨ ਕਮ ਸਪੈਂਡ 크리스마ਸ ਐਟ आवर ਹਾਊਸ ਓਹ ਕੀ ਬਾਤ ਹੈ ਜਿਉਂ ਦੇ ਰਹਿਆ ਥੈਂਕ ਯੂ ਸੋ ਮੱਚ ਬਾਈ ਜੀ ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਉਹ ਸੌਂਗ ਜ਼ਰੂਰ ਰਿਲੀਜ਼ ਕਰਨੇ ਹੈ ਕਦੇ ਵਾਲੇ ਹੂੰ ਇਹ ਕੀ ਹੈ ਰਿਲੀਜ਼ ਕਰਨਾ ਟੇਡ ਕੇ ਕੱਢ ਅੱਛਾ ਟਿੱਡ ਤੇ ਕਢਾਈ ਮੋਪੀ ਦਾ ਗਾਣਾ ਆ ਰਿਹਾ ਜੀ ਟਿੱਡ ਤੇ ਕਢਾਈ ਹੋ ਮੁੰਡਾ ਟਿੱਡ ਤੇ ਕਢਾਈ ਨਹੀਂ ਕਰਾਈ ਫਿਰਦਾ ਨਹੀਂ ਮੁੰਡਾ ਟਿੱਡ ਤੇ ਬਾਈ ਚੱਕਿਓ ਨੋਟ ਮੋਪੀ ਦਾ ਗਾਣਾ ਆ ਰਿਹਾ ਜੀ ਟਿੱਡ ਤੇ ਕਢਾਈ ਮੁੰਡਾ ਟਿੱਡ ਤੇ ਕਢਾਈ ਨਹੀਂ ਕਰਾਈ ਫਿਰਦਾ ਨਹੀਂ ਮੁੰਡਾ ਟਿੱਡ ਤੇ ਯਾਰ ਮੋਪੀ ਜੋਤ ਲਵ ਯੂ ਸਾਰੇ ਤੁਹਾਨੂੰ ਬਹੁਤ ਮਿਸ ਕਰਦਾ ਮੈਂ ਅ ਲਵ ਯੂ ਲਵ ਯੂ ਲਵ ਯੂ ਸੱਜਣੋ ਵੀਰੇ ਡਾਂਸ ਵਾਲਾ ਕੈਮ ਕੀਤਾ ਵੀਡੀਓ ਚ ਥੈਂਕ ਯੂ ਜੀ ਥੈਂਕ ਯੂ ਦੇਸੀ ਕ੍ਰੂ ਦੇਸੀ ਕ੍ਰੂ ਤੁਹਾਡੇ ਕਮੈਂਟ 5000 ਕਮੈਂਟਸ ਆ ਚੁੱਕੇ ਨੇ ਹੁਣ ਤੱਕ ਜਿੰਨੇ ਅਧ ਨਹੀਂ ਯਾਰ ਮੈਂ ਆਫਲਾਈਨ ਹੁੰਦਾ ਛੇ ਦੀ ਕਿਦ ਯੂ ਆਰ ਅ ਬੈਸਟ ਡਾਇਰੈਕਟਰ ਇਨ ਦ ਵਰਲਡ ਹੋ ਕੇ ਆਵਾਜ਼ ਲਵ ਯੂ ਲਵ ਯੂ ਲਵ ਯੂ ਅੱਛਾ ਜੀ ਤੇ ਹੋਰ ਕਰਨ ਚੌਧਰੀ ਵੀਰਾ ਕਹਿੰਦਾ ਖੰਨੇ ਆਜੋ ਵੀਰੇ ਹੋਂ ਤਾਂ ਅਸੀਂ ਮਸਾਂ ਇੰਗਲੈਂਡ ਪਹੁੰਚਿਆ ਅ ਨਸ਼ਾ ਵੱਖਰਾ ਏ ਛੱਡ ਗਈ ਮਸ਼ੂਕ ਦਾ ਆਉਂਦਾ ਯਾਰਾਂ ਨਾ ਪੀਤੀ ਚ ਦੁੱਖ ਫੋਲ ਕੇ ਕੀ ਬਾਤ ਐ ਨੀਲਾ ਕਿਤੇ ਨਾ ਪੈਗ ਬਲੀਏ ਤੇ ਜਿੰਨੇ ਵੀ ਜਾਣੇ ਉਹ ਯਾਰ ਮੈਂ ਮੇਨ ਗੱਲ ਤਾਂ ਕਰਨੀ ਉਹ ਭੁੱਲ ਗਿਆ ਉਹ ਗੱਲ ਸੁਣੋ ਗੱਲ ਸੁਣੋ ਭੁੱਲ ਨਾ ਜਾਵਾਂ ਮੈਂ ਜਿੰਨੇ ਵੀ ਜਾਣਿਆਂ ਨੇ ਸਾਨੂੰ ਵੀਡੀਓਜ਼ ਭੇਜੀਆਂ ਸੀਗੀਆਂ ਆਪਣੇ ਗਾਣੇ ਦੇ ਵਿੱਚ ਪਾਉਣ ਲਈ ਉਹ ਸਾਰੇ ਜਾਣਿਆਂ ਨੂੰ ਥੈਂਕ ਯੂ ਮੇਰੇ ਕੋਲੇ 2.5 3000 ਵੀਡੀਓਜ਼ ਆ ਗਈਆਂ ਸਾਡੇ ਕੋਲੇ ਟਾਈਮ ਹੀ ਨਹੀਂ ਲੱਗਿਆ ਸਾਰੀਆਂ ਵੀਡੀਓਜ਼ ਦੇਖਣ ਦਾ ਜੀ ਤੁਸੀਂ ਜਿੰਨੇ ਜਾਣਿਆਂ ਨੇ ਵੀਡੀਓਜ਼ ਭੇਜੀ ਤੁਹਾਨੂੰ ਸਾਰਿਆਂ ਦਾ ਥੈਂਕ ਯੂ ਤੇ ਜਿਨ੍ਹਾਂ ਦੀਆਂ ਵੀਡੀਓਜ਼ ਅਸੀਂ ਗਾਣੇ 'ਚ ਪਾਈਆਂ ਉਹਨਾਂ ਨੂੰ ਕੌਂਗ੍ਰੈਚਸ ਉਮੀਦ ਕਰਦਾ ਸਾਨੂੰ ਵਧੀਆ ਲੱਗਿਆ ਹੋਊਗਾ ਇਹ ਤੇ ਕਿਉਂਕਿ